ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਆਪਣਾ ਵੀਡੀਓ ਦਾ ਅੱਜ ਦਾ ਟੋਪਿਕ ਆ ਵੀ ਜੋ ਕਿ ਆਪਣਾ ਪਾਵਰ ਡੈਕ ਰੈਪ ਦਾ ਜੋ ਯੂਟਿਊਬ ਦੀ ਵੀਡੀਓ ਕਿਵੇਂ ਐਡਿਟ ਕੀਤੀ ਜਾਵੇ, ਆਪਾਂ ਉਹ ਵੀਡੀਓ ਲੈ ਕੇ ਆ ਗਏ ਹਾਂ ਵੀਰ ਜੀ ਆਪਾਂ ਆਪਣੇ ਚੈਨਲ 'ਤੇ ਅੱਜ। ਅਤੇ ਪਾਵਰ ਡੈਕ ਰੈਪ ਦੀਆਂ ਖਾਸੀਅਤਾਂ ਵਿੱਚ ਇਹ ਹੁੰਦੀਆਂ ਨੇ ਜੋ ਕਿ ਆਪਣੇ ਵੀਡੀਓ ਜੋ ਕਿ ਆਪਾਂ ਲੂਮ ਵੀ ਕਰ ਸਕਦੇ ਹਾਂ, ਤੇਜ਼ ਵੀ ਕਰ ਸਕਦੇ ਹਾਂ, ਉਹਦੇ ਵਿੱਚ ਕੋਈ ਆਪਾਂ ਇਫੈਕਟ ਵੀ ਲਾ ਸਕਦੇ ਹਾਂ। ਠੀਕ ਹੈ ਵੀਰ, ਜਿਹਦੇ ਵਿੱਚ ਕੋਈ ਆਪਾਂ ਇਫੈਕਟ ਵੀ ਲਾ ਸਕਦੇ ਹਾਂ, ਆਪਾਂ ਇਹਦੇ ਵਿੱਚ ਆਪਣੀ ਵੀਡੀਓ 'ਤੇ ਕੋਈ ਫਿਲਟਰ ਵਗੈਰਾ ਵੀ ਲਾ ਸਕਦੇ ਹਾਂ। ਅਤੇ ਆਪਾਂ ਇਹਦੇ ਵਿੱਚ ਜਿਵੇਂ ਕਿ ਆਪਣੀ ਕੋਈ ਵਾਇਸ ਗਲਤ ਹੋ ਜਾਂਦੀ ਹੈ ਵੀ ਆਪਾਂ ਬੋਲਣਾ ਕੁਛ ਹੋਰ ਸੀ ਅਤੇ ਉੱਥੇ ਕੁਝ ਹੋਰ ਬੋਲ ਪੈਂਦੇ ਹਾਂ, ਅਤੇ ਆਪਾਂ ਉਹ ਵੀ ਵੀਡੀਓ ਦੇ ਵਿੱਚ ਵਾਇਸ ਵੀ ਆਪਾਂ ਲਾ ਨਹੀਂ ਸਕਾਂਗੇ। ਆਪਾਂ ਇਹਦੇ ਵਿੱਚ ਵੀ ਇੱਕ ਹੋਰ ਨਵੇਂ ਨਵੇਂ ਮਿਊਜ਼ਿਕ ਆਪਾਂ ਜਿਵੇਂ ਕਿ ਐਡ ਕਰਨਾ ਹੋਵੇ ਆਪਾਂ ਮਿਊਜ਼ਿਕ ਐਡ ਕਰਨਾ ਵੀ ਸਿਖਾਵਾਂਗੇ। ਅਤੇ ਇਹ ਆ ਵੀਰ ਜੀ ਆਪਣੀ, ਇਹ ਆ ਆਪਣੀ ਪਾਵਰ ਡਾਇਰੈਕਟਰ ਐਪਲੀਕੇਸ਼ਨ, ਅਤੇ ਆਪਾਂ ਇਹਨੂੰ ਹੁਣ ਓਪਨ ਕਰ ਲੈਂਦੇ ਹਾਂ ਵੀਰ ਜੀ। ਹੁਣ ਆਪਣੀ ਵੀਡੀਓ ਕੰਟੀਨਿਊ ਰੱਖਣ ਤੋਂ ਪਹਿਲਾਂ ਇੱਕ ਹੋਰ ਗੱਲ ਸੁਣ ਲਓ ਵੀਰ ਜੀ, ਆਪਾਂ ਇੱਕ ਯੂਟਿਊਬ 'ਚ ਵਟਸਐਪ ਦਾ ਗਰੁੱਪ ਬਣਾਇਆ ਹੈ ਜੋ ਕਿ ਆਪਣੇ ਛੋਟੇ ਛੋਟੇ ਯੂਟਿਊਬਰਾਂ ਨੂੰ, ਆਪਾਂ ਵੀਰ ਜੀ ਛੋਟੇ ਆ ਜੋ ਕਿ ਆਪਣੇ ਤੋਂ ਵੀ ਛੋਟਿਆਂ ਨੂੰ ਹੈਲਪ ਮਿਲ ਸਕੇ, ਅਤੇ ਉਹ ਵਟਸਐਪ ਗਰੁੱਪ ਬਣਾਇਆ ਅਤੇ ਉਹਨੂੰ ਵੀ ਸਾਰੇ ਵੀਰ ਜਾ ਕੇ ਜੁਆਇਨ ਕਰ ਲਓ। ਅਤੇ ਵੀਰ ਜੀ ਸਭ ਤੋਂ ਪਹਿਲਾਂ ਕਿ ਆਪਾਂ ਨਿਊ ਪ੍ਰੋਜੈਕਟ 'ਤੇ ਓਕੇ ਕਰਨਾ, ਅਤੇ ਆਪਾਂ ਪ੍ਰੋਜੈਕਟ ਨੂੰ ਨਾਮ ਦੇ ਲੈਣਾ ਕਿਉਂਕਿ ਆਪਾਂ ਇਹਨੂੰ ਰਾਜਪੂਤ ਨਾਮ ਦੇ ਦਿੰਦੇ ਹਾਂ, ਜਿਵੇਂ ਕਿ ਆਪਾਂ ਇਹਨੂੰ ਰਾਜਪੂਤ ਨਾਮ ਦਿੱਤਾ। ਅਤੇ ਇੱਕ ਮਾਰਕ ਓਕੇ ਕਰਤਾ, ਅਤੇ ਆਪਣਾ ਯੂਟਿਊਬ ਦਾ ਜੋ ਕਿ ਵੀਡੀਓ ਆਪਣੀ ਹੁੰਦੀ ਆ ਉਹਦਾ ਉਹ 16:9 ਹੁੰਦਾ, ਆਪਾਂ ਉਹ ਫਰੇਮ ਜਿਹੇ 'ਤੇ ਕਲਿੱਕ ਕਰ ਲੈਣਾ, ਅਤੇ ਆਪਾਂ ਇੱਥੋਂ ਬੈਕ ਆ ਜਾਂਦੇ ਹਾਂ। ਅਤੇ ਇਹ ਆਪਣੀ ਇੰਨੀ ਕੁ ਐਪਲੀਕੇਸ਼ਨ ਖੁੱਲ ਚੁੱਕੀ ਹੈ, ਅਤੇ ਆਪਾਂ ਇੱਦਾਂ ਜਿਹੜਾ ਮਿਊਜ਼ਿਕ ਅਤੇ ਐਲਬਮ 'ਤੇ ਕਲਿੱਕ ਕਰ ਦੇਣਾ, ਅਤੇ ਆਪਾਂ ਇੱਥੋਂ ਇੱਕ ਵੀਡੀਓ ਲੈ ਲੈਂਦੇ ਹਾਂ ਜਿਵੇਂ ਕਿ ਆਪਣੇ ਕੋਲ ਟਾਇਰਾਂ ਵਾਲੀ ਵੀਡੀਓ ਪਈ ਆ, ਆਪਾਂ ਟਾਇਰਾਂ ਵਾਲੀ ਵੀਡੀਓ ਲੈ ਲਈ ਆ। ਠੀਕ ਹੈ ਜੀ, ਆਪਣੀ ਟਾਇਰਾਂ ਵਾਲੀ ਵੀਡੀਓ ਦੇ ਵਿੱਚੋਂ ਜਿਵੇਂ ਕਿ ਆਪਾਂ ਇੱਦਾਂ ਵੀਡੀਓ ਲੈ ਲੈਂਦੇ ਹਾਂ, ਆਪਾਂ ਪਹਿਲਾਂ ਇਹਦੀ ਆਵਾਜ਼ ਬੰਦ ਕਰ ਦਿੰਦੇ ਹਾਂ। ਠੀਕ ਹੈ ਜੀ, ਆਪਾਂ ਆਵਾਜ਼ ਬੰਦ ਕਰਨ ਵੀ ਤੁਹਾਨੂੰ ਸਿਖਾ ਦਿੰਦੇ ਹਾਂ। ਆ ਦੇਖੋ ਵੀਰ ਜੀ, ਆਪਾਂ ਵੀਡੀਓ 'ਤੇ ਇੱਕ ਵਾਰ ਕਲਿੱਕ ਕਰ ਲੈਣਾ, ਅਤੇ ਇੱਧਰ ਪੈਨਸਲ ਜਾਂ ਨਿਸ਼ਾਨ 'ਤੇ ਕਲਿੱਕ ਕਰਕੇ ਇੱਧਰ ਬਾਕੀ ਤੁਹਾਨੂੰ ਸਮਝ ਲੱਗ ਜਾਣੀਆਂ ਲਿਖੀ ਹੋਈ ਨਿਕਲੇ ਗਏ, ਅਤੇ ਆਪਾਂ ਵੋਲੀਅਮ 'ਤੇ ਕਲਿੱਕ ਕਰਕੇ, ਅਤੇ ਆਪਾਂ ਵੋਲੀਅਮ ਲੋ ਕਰ ਦਿਉ, ਅਤੇ ਆਪਣੀ ਕੋਲ ਆਵਾਜ਼ ਨਹੀਂ ਆਏਗੀ ਪੂਰਾ ਵੀ। ਠੀਕ ਹੈ ਜੀ, ਅਤੇ ਇੱਕ ਹੋਰ ਗੱਲ ਸੁਣ ਲਓ, ਇਹਦੇ ਵਿੱਚ ਆਪਾਂ ਫੁੱਲ ਐਚ ਡੀ ਡਾਊਨਲੋਡ ਕਰ ਸਕਦੇ ਹਾਂ, ਜੋ ਕਿ ਆਪਾਂ ਕਾਹੀ ਮਾਸਟਰ ਨਹੀਂ ਦਿੰਦਾ ਫੁੱਲ ਐਚ ਡੀ ਡਾਊਨਲੋਡ ਕਰਨ ਨਹੀਂ ਦਿੰਦਾ, ਇਸ ਕਰਕੇ ਆਪਾਂ ਇਹਦੇ 'ਚੋਂ ਯੂਜ਼ ਕਰਨਾ, ਇਹਦੇ ਵਿੱਚ ਆਪਾਂ ਫੁੱਲ ਐਚ ਡੀ ਵੀਡੀਓ ਡਾਊਨਲੋਡ ਕਰ ਸਕਦੇ ਹਾਂ। ਅਤੇ ਆਪਾਂ ਤੁਹਾਨੂੰ ਇਹ ਦੇਖੋ ਵੀਰ ਜੀ, ਆਪਾਂ ਇੱਦਾਂ ਜਿਵੇਂ ਵੀਡੀਓ ਦੇਖ ਰਹੇ ਹਾਂ ਆਪਣੀ, ਇੱਥੇ ਗਲਤੀ ਹੋ ਗਈ ਹੈ, ਅਤੇ ਆਪਾਂ ਇੰਨੀ ਵੀਡੀਓ ਦੇ ਵਿੱਚੋਂ ਅਗਲੀ ਸਾਈਡ ਦਾ ਟੁੱਟਾ ਕੱਟਣਾ, ਅਤੇ ਆਹ ਦੇਖੋ ਵੀਰ ਜੀ ਇੱਕ ਕੱਟਦਾ ਨਿਸ਼ਾਨ ਦਿੱਤਾ ਹੋਇਆ, ਉਹਦੇ 'ਤੇ ਕਲਿੱਕ ਕਰਕੇ ਇਹ ਆਪਣੀਆਂ ਵੀਡੀਓ ਅਲੱਗ ਅਲੱਗ ਹੋ ਚੁੱਕੀਆਂ ਨੇ। ਠੀਕ ਹੈ ਜੀ, ਅਤੇ ਆਪਾਂ ਹੁਣ ਤੁਹਾਨੂੰ ਅਗਲੀ ਵੀਡੀਓ ਜਿਵੇਂ ਕਿ ਆਪਾਂ ਮਾੜੀ ਜਿਹੀ ਤੇਜ਼ ਕਰਨੀ ਆ, ਅਤੇ ਉੱਦਾਂ ਹੀ ਸੇਮ ਕਲਿੱਕ ਕਰਕੇ, ਅਤੇ ਉੱਦਾਂ ਹੀ ਪੈਨਸਲ ਦਾ ਨਿਸ਼ਾਨ 'ਤੇ ਕਲਿੱਕ ਕਰਕੇ, ਥੋੜ੍ਹੀ ਸਪੀਡ ਦਾ ਆਪਸ਼ਨ ਆ, ਅਤੇ ਆਪਾਂ ਸਪੀਡ ਦੇ ਆਪਸ਼ਨ 'ਤੇ ਕਲਿੱਕ ਕਰ ਕਰਦੇ ਹਾਂ, ਦੁਬਾਰਾ ਲੈ ਲਈਏ। ਆਪਾਂ ਜੇ ਉੱਪਰ ਨੂੰ ਕਰਦਾਂਗੇ ਤਾਂ ਆਪਣੀ ਸਪੀਡ ਵੱਧ ਜੂਗੀ, ਆਪਾਂ ਨੀਚੇ ਨੂੰ ਕਰਦਾਂਗੇ ਆਪਣੀ ਸਪੀਡ ਘੱਟ ਜੂਗੀ, ਆਪਾਂ ਸਪੀਡ ਇੰਨੀ ਕੁ ਕਰ ਲਈ ਵਧਾ ਲਈਆ, ਦੇਖ ਲਓ ਦੇਖ ਸਕਦੇ ਆਪਾਂ ਸਪੀਡ ਵਧਾ ਲਈ ਆ। ਇਹ ਵੀਰ ਜੀ ਇੱਕ ਹੋਰ ਖਾਸ ਧਿਆਨ ਰੱਖਣਾ, ਕਿਉਂਕਿ ਆਪਾਂ ਸਪੀਡ ਵਧਾ ਲਈਏ ਤਾਂ ਆਪਾਂ ਇਹਦੇ ਵੀਡੀਓ ਦੇ ਵਿੱਚੋਂ ਟੋਟਾ ਨਹੀਂ ਕਰ ਸਕਦੇ, ਤਾਂ ਹੀ ਆਪਾਂ ਵੀਡੀਓ ਨੂੰ ਦੁਬਾਰਾ ਕੱਟ ਸਕਦੇ ਹਾਂ। ਆਪਾਂ ਫਿਰ ਸਿੱਧੀ ਹੋਈ ਡਸਟਬਿਨ 'ਚ ਹੀ ਵੀਡੀਓ ਪਾਉਣੀ ਪਊਗੀ, ਇਸ ਕਰਕੇ ਧਿਆਨ ਨਾਲ ਵੀਡੀਓ ਤੇਜ਼ ਕਰ ਲਈਆਂ, ਜਾਂ ਜੇ ਤੁਸੀਂ ਵੀਡੀਓ ਤੁਹਾਨੂੰ ਪਤਾ ਲੱਗ ਗਿਆ ਵੀ ਕਿੱਥੋਂ ਆਪਾਂ ਹੌਲੀ ਕਰਨੀ ਉਹ ਕੱਟਣਾ ਟੁੱਟਾ, ਅਤੇ ਇਹ ਜਿੱਥੇ ਆਪਣੀ ਸਪੀਡ ਦਾ ਨਿਸ਼ਾਨ ਆਪਣੀ ਵੀਡੀਓ ਦੇ ਉੱਪਰ ਦਿੱਤਾ ਹੋਇਆ ਉਹਦੇ 'ਤੇ ਕਲਿੱਕ ਕਰਕੇ, ਇੱਥੇ ਜਿਹੜਾ ਕਾਟੀ ਪਈ ਹੋਈ ਹੈ ਨਾ ਸਪੀਡ ਦੇ ਉੱਤੇ ਕਲਿੱਕ ਕਰ ਦੋਗੇ, ਆਪਣੀ ਸਪੀਡ ਫਿਰ ਨੋਰਮਲ ਹੋ ਚੁੱਕੀ ਹੈ। ਠੀਕ ਹੈ ਵੀਰ ਜੀ, ਅਤੇ ਹੁਣ ਆਪਾਂ ਤੁਹਾਨੂੂੰ ਗਾਣੇ ਲਾਣੇ ਸਿਖਾਉਂਦੇ ਹਾਂ, ਆਪਾਂ ਵੀਡੀਓ 'ਚ ਕਿੱਦਾਂ ਗਾਣੇ ਯੂਜ਼ ਕਰ ਸਕਦੇ ਹਾਂ। ਅਤੇ ਇਹ ਜਿਹੜਾ ਆਪਾਂ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਐਲਬਮ ਦੇ ਉੱਪਰ ਬਿਜਲੀ ਦਾ ਨਿਸ਼ਾਨ ਉਹਦੇ 'ਤੇ ਕਲਿੱਕ ਕਰੋਗੇ, ਅਤੇ ਇਹ ਵੀਰ ਜੀ ਆਪਣੇ ਇਫੈਕਟ ਨੇ ਜੋ ਕਿ ਵੀਡੀਓ ਆਪਣੀ ਅਗਲੀ ਕਿਵੇਂ ਹੋਊਗੀ, ਜਿਵੇਂ ਕਿ ਪਹਿਲੇ ਲਾ ਕੇ ਤੁਹਾਨੂੰ ਦਾ ਦਿੰਦੇ ਹਾਂ, ਆਹ ਦੇਖ ਸਕਦੇ ਹੋ ਵੀਰ ਜੀ ਤੁਸੀਂ ਆਪਣੀ ਨੈਕਸਟ ਵੀਡੀਓ ਅਗਲੀ ਵਿੱਚ ਨਿਕਲੂਗੀ। ਆ ਦੇਖੋ ਜੀ ਆਪਣੀ ਨੈਕਸਟ ਵੀਡੀਓ ਚੱਲਦੀ ਆ, ਇੱਦਾਂ ਇਫੈਕਟ ਨੇ ਯਾਰ, ਇਹ ਆਪਾਂ ਨੂੰ ਬਹੁਤਾ ਆਪਾਂ ਯੂਜ਼ ਵੀ ਨਹੀਂ ਕਰਦੇ, ਤਾਂ ਆਪਾਂ ਨੂੰ ਵਧੀਆ ਵੀ ਨਹੀਂ ਲੱਗੇ ਲੱਗਦੇ। ਆਪਾਂ ਤੁਹਾਨੂੰ ਗਾਣੇ ਲਾਉਣੇ ਸਿਖਾਉਂਦੇ, ਆਪਾਂ ਇਫੈਕਟ ਨੂੰ ਡਿਲੀਟ ਕਰ ਦਿੰਦੇ ਹਾਂ। ਗਾਣੇ ਲਾਉਣ ਵਾਸਤੇ ਆਪਾਂ ਨੂੰ ਉੱਦਾਂ ਹੀ ਸੇਮ ਮਿਊਜ਼ਿਕ 'ਤੇ ਕਲਿੱਕ ਕਰਨਾ ਪਊਗਾ, ਕਿ ਆਪਾਂ ਕੋਈ ਵੀ ਗਾਣਾ ਜਿਵੇਂ ਕਿ ਮਾੜੇ ਟਾਈਮ 'ਤੇ ਆਪਣੇ ਕੋਲ ਉਹ ਗਾਣਾ ਆਪਾਂ ਯੂਜ਼ ਕਰਦੇ ਹਾਂ। ਜਿਵੇਂ ਕਿ ਆਪਾਂ ਇੰਨਾ ਗਾਣਾ ਕੱਟਣਾ, ਅਤੇ ਸੇਮ ਉਸੇ ਤਰ੍ਹਾਂ ਇੱਕ ਵਾਰ ਕਲਿੱਕ ਕਰਕੇ, ਅਤੇ ਬਲੇਟ 'ਤੇ ਕਲਿੱਕ ਕਰਕੇ, ਅਤੇ ਅਗਲੇ ਗਾਣੇ ਨੂੰ ਆਪਾਂ ਡਸਟਬਿਨ ਦੇ ਵਿੱਚ ਕਲਿੱਕ ਕਰ ਦਾਂਗੇ। ਠੀਕ ਹੈ ਜੀ, ਅਤੇ ਬਾਕੀ ਹੁਣ ਆਪਣਾ ਜਿਵੇਂ ਗਾਣਾ ਨੋ ਸਕਿੰਟ ਪੂਰੇ ਹੋ ਚੁੱਕੇ ਨੇ, ਇਹਨੂੰ ਆਪਾਂ ਨੋ ਸਕਿੰਟ ਦਾ ਕਰਤਾ, ਅਤੇ ਆਪਾਂ ਬਾਕੀ ਗਾਣੇ ਨੂੰ ਡਿਲੀਟ ਕਰ ਦਿੱਤਾ, ਅਤੇ ਆਪਾਂ ਹੁਣ ਸੇਮ ਇਸੇ ਤਰ੍ਹਾਂ ਇੱਕ ਹੋਰ ਗਾਣਾ ਲਈਏ, ਜਿਵੇਂ ਕਿ ਹਾਈ ਐਂਡ ਗੱਡੀਆਂ, ਆਪਾਂ ਜਿਵੇਂ ਕਿ ਇਹ ਗਾਣਾ ਲਈ ਲਿਆ, ਸੇਮ ਉਸ ਤਰ੍ਹਾਂ ਨੈਗੇਟਿਵ ਨਹੀਂ ਕਰਦੇ, ਤੋਂ ਪਤਾ ਹੀ ਆਪਾਂ ਨੂੰ ਆਮ ਤੌਰ 'ਤੇ ਨੈਗੇਟਿਵ ਨੂੰ ਤਾਲੀ ਗਾਣੇ ਦੇ ਹੁੰਦੀ ਆ। ਅਤੇ ਗਾਣੇ ਦੇ ਉੱਪਰ ਕਲਿੱਕ ਕਰਕੇ ਇਹਨੂੰ ਅਗਲੀ ਸਾਈਡ ਨੂੰ ਖਿੱਚ ਕੇ, ਅਤੇ ਇਹਦੇ ਐਂਡ ਬਰਾਬਰ ਪਲਾ ਦਿਓ, ਜਿਵੇਂ ਕਿ ਆਪਾਂ ਨੂੰ ਪਹਿਲਾਂ ਹੋਰ ਗਾਣਾ ਚੱਲ ਰਿਹਾ, ਹੁਣ ਆਪਣਾ ਹਾਈ ਐਂਡ ਗੱਡੀਆਂ ਸਟਾਰਟ ਹੋ ਗਿਆ ਦੇਖ ਸਕਦੇ। ਆਪਾਂ ਇਹਨੂੰ ਇੱਥੋਂ ਕੱਟ ਦਾਂਗੇ, ਇੱਦਾਂ ਹੀ ਸੇਮ ਤੁਸੀਂ ਗਾਣੇ ਅੱਗੇ ਦੀ ਅੱਗੇ ਲਿਜਾ ਸਕਦੇ ਹੋ। ਬਾਕੀ ਤੁਹਾਨੂੰ ਇੱਕ ਵਾਰ ਵੀਡੀਓ 'ਤੇ ਕਲਿੱਕ ਕਰਕੇ ਪੈਨਸਲ ਦੀ ਨਿਸ਼ਾਨ ਤੁਹਾਨੂੰ ਨੁਕਸ਼ਾਨ ਦਿਖਾ ਦਿੰਦੇ ਹਾਂ, ਜਿਵੇਂ ਕਿ ਆਪਣੀ ਵੀਡੀਓ ਜੇ ਆਪਾਂ ਸਿੱਧੀ ਬਣਾ ਲਈਏ, ਤਾਂ ਆਪਾਂ ਇਹਨੂੰ ਯੂਟਿਊਬ ਦੇ ਤੰਬਲੇ 'ਚ ਲਿਆਉਣਾ, ਅਤੇ ਆਪਾਂ ਇਹਨੂੰ ਇੱਦਾਂ ਇੱਦਾਂ ਕਰਕੇ ਘੁੰਮਾ ਸਕਦੇ ਹਾਂ ਵੀਡੀਓ ਨੂੰ। ਠੀਕ ਹੈ ਜੀ,
ਅਤੇ ਆਪਾਂ ਇਹਨੂੰ ਛੋਟੀ ਛੋਟੀ ਕਰਕੇ ਇੱਥੇ ਸਾਈਡ 'ਤੇ ਲਾ ਗਈ ਹੈ, ਤੁਸੀਂ ਦੇਖ ਸਕਦੇ ਹੋ ਇੱਥੋਂ ਅੱਗੇ ਆਪਣੀ ਫੋਟੋ ਨਹੀਂ ਆਉਗੀ, ਆਪਣੀ ਇੱਥੇ ਆ ਚੁੱਕੀ ਹੈ। ਅਤੇ ਇੱਕ ਹੋਰ ਬੜੀ ਵਧੀਆ ਚੀਜ਼ ਆ ਵਿੱਚ ਇਹਦੇ 'ਚ ਦੇਖ ਸਕਦੇ ਹੋ ਤੁਸੀਂ, ਅਤੇ ਇਹ ਜਿਹੜਾ ਆਪਾਂ ਨੂੰ ਇੱਥੇ ਵੀਡੀਓ ਦਾ ਆਪਸ਼ਨ ਦਿੱਤਾ ਜੀ, ਉਹਦੇ 'ਤੇ ਕਲਿੱਕ ਕਰੋਗੇ ਤਾਂ ਆਪਾਂ ਇੱਥੇ ਕੋਈ ਵੀ ਵੀਡੀਓ ਲੈ ਸਕਦੇ ਹਾਂ, ਜਿਵੇਂ ਕਿ ਹੁਣ ਤੁਹਾਨੂੰ ਫਿਰ ਆ ਵੀਡੀਓ ਲੈ ਕੇ ਦਿਖਾ ਦਿੰਦੇ ਹਾਂ। ਜਿਵੇਂ ਕਿ ਆਪਾਂ ਯੂਟਿਊਬ ਦਾ ਇੰਟਰੋ ਹੁੰਦਾ ਉਹ ਆਪਾਂ ਸਾਈਡ 'ਤੇ ਦਿਖਾਉਣਾ ਹੋਵੇ ਅਤੇ ਉੱਪਰ ਆਪਣੀ ਵੀਡੀਓ ਚਲਾਉਣੀ ਹੋਵੇ ਅਤੇ ਉਹ ਵੀ ਇਹਦੇ 'ਚ ਖਾਸੀਅਤ ਆ, ਤੁਸੀਂ ਦੇਖ ਸਕਦੇ ਹੋ। ਹੁਣ ਆਪਣੀ ਦੋ ਵੀਡੀਓ ਚੱਲਣੀਆਂ, ਇੱਕ ਉੱਪਰ ਅਤੇ ਇੱਕ ਨੀਚੇ, ਤੁਸੀਂ ਦੇਖ ਸਕਦੇ ਹੋ ਇੱਦਾਂ ਹੀ ਵੀਡੀਓ ਚੱਲਦੀਆਂ ਨੇ। ਅਤੇ ਉੱਥੇ ਆਪਾਂ ਨੂੰ ਸਟਿੱਕਰ ਵੀ ਦਿੱਤੇ ਗਏ ਨੇ, ਜਿਹੜੇ ਆਪਾਂ ਸਟਿੱਕਰ ਯੂਜ਼ ਕਰਦੇ ਹਾਂ, ਜਿਵੇਂ ਲਾਈਕ ਬਟਨ ਦਾ ਸਟਿੱਕਰ ਯੂਜ਼ ਕਰਨਾ ਹੋਵੇ ਤਾਂ ਆਪਣਾ ਲਾਈਕ ਬਟਨ ਵੀ ਆ ਗਿਆ, ਤੁਸੀਂ ਦੇਖ ਸਕਦੇ ਹੋ। ਇੱਦਾਂ ਹੀ ਆਪਾਂ ਇਹਨੂੰ ਵੀ ਕਿਤੇ ਸਾਈਡ 'ਤੇ ਲਾ ਸਕਦੇ ਹਾਂ। ਅਤੇ ਆਪਣੀ ਵੀਡੀਓ ਵਧੀਆ ਲੱਗੀ ਜੀ, ਕੋਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਹੁਣ ਤੁਹਾਨੂੰ ਆਪਾਂ ਗੈਲਰੀ 'ਚ ਕਿਵੇਂ ਲੈ ਕੇ ਜਾਣੀ ਹੋ, ਤਾਂ ਤੁਸੀਂ ਇੱਧਰਲੀ ਸਾਈਡ ਵਿੱਚ ਇੱਕ ਐਲਬਮ ਅਤੇ ਤੀਰ ਦਾ ਨਿਸ਼ਾਨ ਦੇ ਓਕੇ ਕਰਕੇ ਅਤੇ ਸੇਵ ਪ੍ਰੋਜੈਕਟ ਕਰਨੀ ਓਕੇ ਕਰਨਾ, ਆਪਾਂ ਨੀਚੇ ਓਕੇ ਕਰ ਲੈਣਾ। ਇਹ ਤੇ ਲਿਖਿਆ ਸੇਵ ਟੂ ਗੈਲਰੀ ਔਰ SD ਕਾਰਡ, ਉਹਦੇ 'ਤੇ ਕਲਿੱਕ ਕਰਨਾ ਆਪਾਂ। ਇਹਨੂੰ ਵਿੱਚ ਆਪਾਂ ਰਾਈਪੋਰਟ ਉੱਪਰ ਲਿਖ ਕੇ ਆ ਗਿਆ, ਜੋ ਕਿ ਆਪਣੀ ਇਹਦਾ ਪ੍ਰੋਜੈਕਟ ਦਾ ਨਾਮ ਸੀ। ਇੱਕ ਫੁੱਲ HD ਦਿੱਤੀ ਹੈ, ਇੱਕ HD ਅਤੇ ਇੱਕ SD ਦਿੱਤੀ ਹੋਈ ਆ। ਆਪਾਂ ਫੁੱਲ HD 'ਤੇ ਹੀ ਕਲਿੱਕ ਕਰਾਂਗੇ, ਇੱਧਰ ਸੈਟਿੰਗਾਂ ਤੋਂ ਓਕੇ ਕਰਕੇ ਇੱਧਰ ਉੱਤੇ ਕਲਿੱਕ ਕਰ ਲਿਓ, ਠੀਕ ਹੈ ਜੀ। ਅਤੇ ਇੱਥੇ FES, ਨਾ ਤੁਸੀਂ 14x24 ਰੱਖਣਾ, ਨਾ ਤੁਸੀਂ 30 ਰੱਖਣਾ, ਅਤੇ ਨਾ 60 ਆਪਾਂ ਹੀ ਰੱਖਣਾ। ਇਹਨੂੰ ਆਪਾਂ 60 ਰੱਖਾਂਗੇ, ਠੀਕ ਹੈ ਜੀ। ਅਤੇ ਓਕੇ ਕਰਕੇ ਇਹਨੂੰ ਹੁਣ ਆਪਾਂ ਸੇਵ ਕਰਨ 'ਤੇ ਲਾਤਾ ਵੀ ਆਪਣੀ ਵੀਡੀਓ ਇੱਦਾਂ ਸਿੱਖ ਹੁੰਦੀ ਆ। ਜਿਵੇਂ ਜਿਵੇਂ ਆਪਣੀ ਵੀਡੀਓ ਲਾਈਕ ਵਧੀਆ ਲੱਗੀ ਆ, ਆਪਣੀ ਵੀਡੀਓ ਨੂੰ ਲਾਈਕ ਸ਼ੇਅਰ।